ਤੇ ਹੁਣ ਮੈਂ ਕੱਪੜੇ ਚੇਂਜ ਕਰ ਲਾਂ, ਫਿਰ ਤੁਹਾਨੂੰ ਸਾਡੇ ਸ਼ਹਿਰ ਦੇ ਇੱਕ ਅੰਕਲ ਦੀ ਕਹਾਣੀ ਸੁਣਾਉਣਾ। ਇੰਡੀਆ ਜਦੋਂ ਕੰਮ ਕਰਦੇ ਸੀ ਨਾ, ਇੱਕ ਅੰਕਲ ਦੇ ਘਰ ਅਸੀਂ ਕੰਮ ਕਰਨ ਗਏ, ਜਾਣ ਪਛਾਣਦੇ ਸੀ, ਪਹਿਲਾਂ ਵੀ ਅਸੀਂ ਕੰਮ ਕਰਨ ਜਾਂਦੇ ਰਹਿੰਦੇ ਸੀ। ਉਹ ਬੰਦਾ ਬਹੁਤ ਹਸਮੁੱਖ ਸੁਭਾਅ ਦਾ, ਮੈਂ ਅਤੇ ਮੇਰਾ ਮਿਸਤਰੀ ਗਏ ਕੰਮ, ਝੋਲਾ ਚੱਕੀ ਖੜ੍ਹੇ ਅਸੀਂ, ਘਰ ਦੇ ਅੰਦਰ ਐਂਟਰ ਹੋ ਗਏ, ਉਹਨਾਂ ਕੋਈ ਆਪਦੇ ਕਮਰੇ 'ਚ ਬੈਠਾ ਟੀ ਵੀ ਦੇਖ ਰਿਹਾ ਸੀ। ਅਸੀਂ ਕਮਰੇ ਦੇ ਬਾਹਰ ਜਾ ਕੇ ਖੜ੍ਹ ਗਏ, ਵੀ ਉਹਨੇ ਦੇਖ ਲਿਆ ਸਾਨੂੰ। ਅਸੀਂ ਕਿਹਾ ਵੀ ਕੰਮ ਕਰਨਾ ਆਏ ਸੀ, ਦੱਸੋ ਜੀ ਕੀ ਕੰਮ ਕਰਨਾ ਬਈ। ਉਹ ਸਾਨੂੰ ਕਹਿੰਦਾ ਖੜ੍ਹ ਜਾਓ, ਕਹਿੰਦਾ ਡਿਸ। ਸੋ ਦੋਸਤੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਹੈਲੋ, ਨਮਸਤੇ, ਸਲਾਮ। ਮੈਂ ਤੁਹਾਡਾ ਆਪਣਾ ਪਰਮਵੀਰ ਧਮਾਨ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਇੱਕ ਤਾਂ ਵੀਨੀਅਰ ਪੇਸਟ ਕਰਾਂਗੇ ਆਹ ਟੇਬਲ 'ਤੇ, ਜਿਹੜਾ ਆਹ ਟੇਬਲ ਪਿਆ ਵਿੱਚ ਆਹ ਵਾਲਾ, ਅਤੇ ਇੱਕ ਆਪਾਂ ਨੇ MDF 'ਤੇ ਗਰੂਪ ਪਾਉਣਾ, ਡਿਜ਼ਾਇਨ ਪਾਉਣਾ ਗਾ ਰੂਟਰ ਨਾਲ, ਅਤੇ ਉਹਦੇ ਉੱਤੇ ਬਾਅਦ 'ਚ ਪੇਂਟ ਕਰਾ ਕੇ ਕਿਸੇ ਆਪਾਂ ਜਿਹੜੀ ਵਰਕਸਾਈਟ ਆ ਉੱਥੇ ਆਪਾਂ ਕਿਤੇ ਇੰਸਟਾਲ ਕਰਨ ਜਾਵਾਂਗੇ। ਅਤੇ ਅੱਜ ਆਪਾਂ ਉਹ ਰੈਡੀ ਕਰਦੇ ਹਾਂ। ਆਪਣੇ ਨਾਲ ਦਾ ਜਿਹੜਾ ਬਜ਼ੁਰਗ ਬੰਦਾ ਉਹ ਬਿੱਟ ਲੈਣ ਗਿਆ, ਤੁਹਾਨੂੰ ਬਿੱਟ ਲੈ ਕੇ ਆਉਣ ਤੋਂ, ਉਸ ਤੋਂ ਬਾਅਦ ਆਪਾਂ ਗਰੂਪ ਪਾਵਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਵੀਨੀਅਰ ਪੇਸਟ ਕਰਦੇ ਹਾਂ। ਤਾਂ ਚਲੋ ਵੀਨੀਅਰ ਪੇਸਟ ਕਰਦੇ ਹਾਂ ਪਹਿਲਾਂ। ਆਹ ਵੀਨੀਅਰ ਦੀ ਸ਼ੀਟ ਹੈ ਜਿਹੜੀ ਆਪਣੇ ਕੋਲ ਨਵੀਂ ਆਈ ਆ, ਇਹਦੇ ਉੱਤੇ ਆਹ ਪੇਸਟ ਕਰਵਾਇਆ ਸਾਡੇ ਵਾਲੇ ਗੋਰੇ ਨੇ, ਕਾਲਾ ਜਿਹਾ ਕਾਗਜ਼। ਇਹ ਹੁਣ ਪ੍ਰੈਸ ਨਾਲ ਆਪਾਂ ਨੇ ਗਰਮ ਕਰਕੇ ਟੈਸਟ ਕਰਕੇ ਦੇਖਣੀ ਆ। ਪਹਿਲਾਂ ਆਪਾਂ ਵਾਈਟ ਗਲੂ ਲਾਵਾਂਗੇ, ਜਿਵੇਂ ਆਪਣੇ ਇੰਡੀਆ 'ਤੇ ਫੈਵੀਕੋਲ ਹੁੰਦਾ, ਇੱਥੇ ਇਹ ਉਹਨੂੰ ਵਾਈਟ ਗਲੂ ਕਹਿ ਦਿੰਦੇ ਨੇ। ਹੁਣ ਫੈਵੀਕੋਲ ਇੰਡੀਅਨ ਕੰਪਨੀ, ਇੱਥੇ ਫੈਵੀਕੋਲ ਆਉਂਦਾ ਨਹੀਂ ਹੈਗਾ। ਆਹ ਦੇਖੋ ਵੀਨੀਅਰ ਕੁਛ ਇਸ ਹਿਸਾਬ ਦਾ। ਇਹ ਦੋ ਸ਼ੀਟਾਂ ਮੰਗਾਈਆਂ ਨੇ ਆਪਾਂ ਨੇ, ਆਪਣੇ ਵਾਲਾ ਇੰਪਲੋਇਰ ਸਾਹਿਬ ਕਹਿੰਦਾ ਵੀ 12x12 ਦਾ ਪੀਸ ਕੱਟ, ਅਤੇ ਕਹਿੰਦਾ ਉਹਨੂੰ ਪੇਸਟ ਕਰਕੇ ਦੇਖੋ। ਹੁਣ ਆਪਾਂ ਪਹਿਲਾਂ MDF ਦਾ ਪੀਸ ਕੱਟਦੇ ਹਾਂ ਕੱਟਰ 'ਤੇ, ਉਸ ਤੋਂ ਬਾਅਦ 'ਚ ਫਿਰ ਉਹਦੇ 'ਤੇ ਆਪਾਂ ਪੇਸਟ ਕਰਕੇ ਟਰਾਈ ਕਰਕੇ ਦੇਖਦੇ ਹਾਂ। ਜਦੋਂ ਵੀ ਕੱਟਰ 'ਤੇ ਕੰਮ ਕਰੋ ਨਾ, ਕੜਾ ਵਗੈਰਾ ਜੇ ਤੁਹਾਡੇ ਪਾਇਆ ਹੁੰਦਾ ਉਹ ਹਮੇਸ਼ਾ ਲਾ ਕੇ ਕੰਮ ਕਰੋ, ਤਾਂ ਕਿ ਕੋਈ ਦਿੱਕਤ ਨਾ ਹੋਵੇ ਆਪਾਂ ਨੂੰ ਕੰਮ ਕਰਦੇ ਹੋਏ। ਹੁਣ ਆਪਾਂ ਇਸੇ ਨੂੰ ਹੀ ਉੱਪਰ ਰੱਖ ਕੇ 10x10 ਦਾ ਪੀਸ ਕੱਟ ਕੇ ਇਹਦੇ ਟਰਾਈ ਕਰਕੇ ਦੇਖਦੇ ਹਾਂ। ਸਰਦੂਰ ਵਾਈਟ ਗਲੂ ਕੱਢ, ਕਿੱਥੇ ਹੈਗਾ ਸ਼ੀਸ਼ੀਆਂ ਭਰ। ਆਪਾਂ ਨੇ ਪੀਸ ਕੱਟ ਲਿਆ ਇਹਦੇ ਨਾਲ ਦਾ, ਸੇਮ ਟੂ ਸੇਮ। ਇਹਦਾ ਥੋੜ੍ਹਾ ਜਿਹਾ ਅਲੱਗ ਜਿਹਾ ਹਿਸਾਬ ਹੈ। ਇਹਦੇ ਵਿੱਚ ਕੀ ਕਰਨਾ, ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਇੱਧਰਲੇ ਪਾਸੇ ਵਾਈਟ ਗਲੂ ਲਾਉਣਾ, ਫੈਵੀਕੋਲ ਲਾਉਣਾ, ਯਾਨੀ ਕਿ ਇੱਧਰਲੇ ਪਾਸੇ ਫੈਵੀਕੋਲ ਲਾਉਣਾ। ਜਦੋਂ ਇਹ ਸੁੱਕ ਗਿਆ ਫਿਰ ਆਪਾਂ ਇਹਨੂੰ ਪ੍ਰੈਸ ਨਾਲ ਗਰਮ ਕਰਕੇ, ਜਿਵੇਂ ਕੱਪੜੇ ਪ੍ਰੈਸ ਕਰਦੇ ਹਾਂ ਉਵੇਂ ਪੇਸਟ ਕਰਕੇ ਦੇਖਣਾ। ਐਕਸਪੈਰੀਮੈਂਟ ਕਰ ਰਹੇ ਹਾਂ, ਜੇ ਆਪਣਾ ਇਹ ਲੋਟ ਰਿਹਾ ਫਿਰ ਆਪਾਂ ਉਹ ਜਿਹੜਾ ਬਕਸਾ ਪਿਆ ਆਪਣਾ, ਉਹ ਜਿਹੜਾ ਵੈਂਟੀ ਸੀਗੀ, ਉਹ 'ਤੇ ਆਪਾਂ ਪੇਸਟ ਕਰਾਂਗੇ। ਇਹ 'ਤੇ ਆਪਾਂ ਨੇ ਲਾਤਾ, ਹੁਣ ਆਪਾਂ ਇਹਨੂੰ ਰੱਖਦੇ ਹਾਂ ਸਾਈਡ 'ਤੇ। ਹੁਣ ਆਪਾਂ ਲਾਉਂਦੇ ਹਾਂ ਵੀਨੀਅਰ 'ਤੇ। ਇਹ ਬੜੀ ਅੱਛੀ ਬਾਤ ਕਹੀ ਆਪਣੇ। ਸੋ ਇਹ 'ਤੇ ਵੀ ਲਾਤਾ ਫੈਵੀਕੋਲ ਆਪਾਂ ਨੇ, ਉਹ 'ਤੇ ਵੀ ਲਾਤਾ। ਹੁਣ ਇਹਨਾਂ ਨੂੰ ਸੁੱਕਣ ਦਿਓ, ਉਸ ਤੋਂ ਬਾਅਦ ਆਪਾਂ ਪ੍ਰੈਸ ਨਾਲ, ਪ੍ਰੈਸ ਵੀ ਆਪਾਂ ਨਵੀਂ ਲਿਆਉਂਦੀ ਸੀ ਪਿਛਲੇ ਵਲੋਗ 'ਚ ਤੁਸੀਂ ਦੇਖਿਆ, ਪ੍ਰੈਸ ਆਪਾਂ ਨੇ ਲਾ ਲਈ, ਗਰਮ ਹੋ ਗਈ। ਕੱਲ੍ਹ ਲਿਆਉਂਦੀ ਸੀ ਨਵੀਂ ਬਲੈਕ ਐਂਡ ਡੈਕਰ, ਕਿੰਨੇ ਦੀ ਆਈ ਸੀ, $25-26 ਦੀ ਸੀ, ਇੰਨੀ ਕੁ ਦੀ। ਆਪਣੇ ਪੀਸ ਜਮਾਂ ਸੁੱਕ ਗਏ, ਆਹ ਵੀ ਸੁੱਕ ਗਿਆ। ਹੁਣ ਆਪਾਂ ਇਹਨੂੰ ਟਰਾਈ ਕਰਕੇ ਦੇਖਦੇ ਹਾਂ ਵੀ ਗੱਲ ਬਣਦੀ ਹੈ ਕਿ ਨਾ। ਗਰਮ ਹੋ ਗਈ ਯਾਰ, ਗਰਮ ਹੋ ਗਈ ਪੂਰੀ। ਹੋ ਰਿਹਾ ਉਹ ਸਰਦੂਲ ਜੰਮ ਰਹੀ ਆ।
ਤੈਨੂੰ ਕੱਪੜੇ ਪ੍ਰੈਸ ਕਰਨਾ ਆਉਂਦਾ ਨਾ ਸਰ ਕੋਲ? ਮੈਨੂੰ ਨਹੀਂ ਆਉਂਦਾ ਜੀ। ਸਰ ਕਰੇ ਨਹੀਂ ਕਦੇ? ਐਂ ਤਾਂ ਕਰੇ ਨੇ, ਬਲ ਜਿਹੇ ਪੈ ਜਾਂਦੇ ਨੇ ਜਦੋਂ ਕਰਦਾ। ਜਿਹੜੇ ਪਹਿਲਾਂ ਕਰੀਜ਼ਾਂ ਜਿਹੀਆਂ ਖੜੀਆਂ ਹੁੰਦੀਆਂ ਉਹਨਾਂ ਦੀ ਵੀ ਐਸੀ ਹੈ। ਉੱਥੇ ਮੈਂ ਆਪਦੇ ਆਪ ਹੀ ਕਰਦਾ, ਮੈਂ ਨਹੀਂ ਕਦੇ ਪ੍ਰੈਸ ਕੀਤਾ। ਮੈਨੇ ਇੱਕ ਦੋ ਰੀਲਾਂ ਬਣਾਈਆਂ ਹੋਈਆਂ ਨੇ, ਉਹਦੇ ਵਿੱਚ ਨਾ ਮੈਨੇ ਸ਼ਰਟ ਆਈ ਪਾ ਕੇ ਰੀਲ ਬਣਾ ਲਈ, ਉਹਦੇ ਬਲ ਜੇ ਖਾਸੇ ਸ਼ਰਟ ਦੇ। ਇੱਕ ਬੰਦੇ ਦਾ ਟਿਕਟੋਕ ਦੇ ਕਮੈਂਟ ਆਇਆ ਬਾਈ, ਕਹਿੰਦਾ ਪ੍ਰੈਸ ਤਾਂ ਕਰ ਲੈਂਦਾ ਕੱਪੜੇ। ਦੇਖ ਲਾ ਲੋਕ ਇੰਨੀਆਂ ਕੁ ਚੀਜ਼ਾਂ ਦਾ ਵੀ ਧਿਆਨ ਰੱਖਦੇ ਨੇ। ਸਰਦੂਲ ਸੈਂਡਰ ਚੱਕ ਕੇ ਲਿਆ, ਇਹਦਾ ਤਾਂ ਕੰਮ ਨਿਬੜ ਗਿਆ। ਐਮ ਡੀ ਐਫ ਦੇ ਪੀਸ ਕੱਟਣੇ ਨੇ, 3 ਸੂਤ ਮੋਟੇ ਦੇ, 3/8 ਐਮ ਡੀ ਐਫ ਕੱਟਣਾ। ਆਹ ਜਿਹੜਾ ਕੱਪਬੋਰਡ ਹੈ ਇਹ ਆਪਾਂ ਨੇ ਫਿੱਟ ਕਰਤਾ ਟੋਰਾਂਟੋ ਦੇ ਵਿੱਚ, ਜਿੱਥੇ ਆਪਾਂ ਕਿਚਨ ਦੀਆਂ ਜਾਲੀਆਂ ਫਿੱਟ ਕਰਕੇ ਆਏ ਸੀਗੇ, ਉਹ ਜਗ੍ਹਾ ਦਾ ਇਹ ਮੱਡ ਰੂਮ। ਅਤੇ ਇਹਦੇ ਟੋਪ 'ਤੇ ਇੱਥੇ ਪੀਸ ਲੱਗਣੇ ਨੇ, ਛੱਤ 'ਤੇ ਕਵਰ ਕਰਨਾ। ਆਹ ਜਿਹੜੀ ਆਹ ਛੱਤ ਆ ਨਾ, ਇੱਥੇ ਛੱਤ ਤੋਂ ਦਰਜਾ ਸ਼ਾਇਦ ਉੱਥੇ ਲੱਗਣੇ ਨੇ, ਜਿੱਥੇ ਤੱਕ ਮੇਰਾ ਆਈਡੀਆ। ਅਤੇ 2 ਇੰਚ ਲੰਬੇ ਲੰਬੇ ਪੀਸ ਲਾਉਣੇ ਨੇ ਆਪਾਂ ਨੂੰ। 20 ਕੁ ਫੁੱਟ ਜਗ੍ਹਾ ਬਣਦੀ ਹੈ ਇਹ, ਪਰ ਆਪਾਂ 30 ਫੁੱਟ ਬਣਾਵਾਂਗੇ। ਉਦੋਂ ਬਾਅਦ ਜਿਹੜਾ ਪੱਲਿਆਂ 'ਤੇ ਇਹਦੇ 'ਤੇ ਪੇਂਟ ਹੋਇਆ ਉਹੀ ਪੇਂਟ ਇਹ 'ਤੇ ਕਰਾ ਕੇ ਉੱਥੇ ਸ਼ਾਇਦ ਯੂਜ਼ ਕਰਨਾ। ਤਾਂ ਚਲੋ ਆਪਾਂ ਕੱਟ 'ਤੇ ਪਹਿਲਾਂ ਇਹ ਵੱਢਦੇ ਹਾਂ। ਆਹ ਆਪਣਾ ਐਕਸਪੈਰੀਮੈਂਟ ਕਾਮਯਾਬ ਹੋ ਗਿਆ, ਵਧੀਆ ਲੋਟ ਹੈ। ਅਤੇ ਊਂ ਲਹਿੰਦਾ ਨਹੀਂ ਹੈਗਾ, ਪਰ ਐਂ ਵੀ ਹੁਣ ਜੇ ਧੱਕੇ ਨਾਲ ਲਾਹਾਂਗੇ ਫਿਰ ਤਾਂ ਲਹੂਗਾ ਹੀ, ਪਰ ਬਹੁਤ ਔਖਾ ਲਹਿੰਦਾ ਹੱਥ ਨਾਲ ਵੀ। ਸਾਰਾ ਸੈੱਟ ਹੈ ਕੰਮ, ਪ੍ਰੈਸ ਦੇਖ ਲਿਆ ਹੁਣ ਆਪਾਂ, ਉਹਦੇ ਫੈਵੀਕੋਲ ਲਾ ਕੇ ਜਦੋਂ ਵੀ ਆਪਾਂ ਨੇ ਪੀਸ ਲਾਉਣਾ ਹੋਊਗਾ ਉਹਨੂੰ ਕਰਾਂਗੇ। ਅਤੇ ਹੁਣ ਆਪਾਂ ਨੇ ਕੀ ਕਰਨਾ, ਆਹਦਾ ਜਿਹੜਾ ਪੀਸ ਤੁਹਾਨੂੰ ਮੈਂ ਦੱਸਿਆ ਸੀ ਆਪਾਂ ਵੱਢ ਰਹੇ ਹਾਂ ਐਮ ਡੀ ਐਫ ਦੇ, ਆਪਾਂ ਨੇ ਆਹ ਲਾ ਲਈਆਂ ਸੀ ਸੀਟਾਂ ਫੋਰਕ ਲਿਫਟ ਨਾਲ, ਉੱਥੋਂ ਲਾ ਲਈਆਂ ਸੀਗੀਆਂ। ਅਤੇ ਹੁਣ ਸਰਦੂਲ ਵੱਢ ਰਿਹਾ, ਉਸ ਤੋਂ ਬਾਅਦ 'ਚ ਬਸ ਇਹਨੂੰ ਆਪਾਂ ਵੱਢ ਕੇ ਕੁਛ ਨਹੀਂ ਕਰਨਾ ਹੁੰਦਾ, ਪੈਕ ਕਰਕੇ ਰੱਖ ਦਾਂਗੇ, ਇਹ ਵੀ ਕੰਮ ਆਪਣਾ ਨਿਬੜ ਜੂ। ਸੋ ਬਈ ਸਰਦੂਲ ਨੇ ਵੱਢ ਲਏ ਪੀਸ ਜੇ 2 ਇੰਚੀ ਵਾਲੇ, ਹੁਣ ਸਰਦੂਲ ਫਰੀ ਹੈ। ਹੁਣ ਇੱਥੇ ਆਉਂਦੀ ਹੈ ਥੋੜ੍ਹੀ ਜਿਹੀ ਕਲਾਕਾਰੀ ਦੀ ਗੱਲ। ਹੁਣ ਇਹਦੇ ਉੱਤੇ ਆਪਾਂ ਨੇ ਉਹ ਵੀਨੀਅਰ ਪੇਸਟ ਕਰਨਾ ਫਰੰਟ 'ਤੇ, ਜਿਹੜਾ ਆਪਾਂ ਨੇ ਆ ਹੁਣ ਤੁਸੀਂ ਦੇਖਿਆ ਵੀਨੀਅਰ ਦੀਆਂ ਸ਼ੀਟਾਂ ਆਈਆਂ ਨੇ। ਹੁਣ ਇਹ 'ਚ ਕਲਾਕਾਰੀ ਵਾਲੀ ਗੱਲ ਕੀ ਹੈ ਵੀ ਇਹ 1 ਪੀਸ ਹੋਣਾ ਚਾਹੀਦਾ ਸਾਰਾ ਵੀਨੀਅਰ, ਜਿਹੜੇ ਉੱਤੇ ਰੇਸ਼ੇ ਬਣੇ ਹੋਏ ਨੇ। ਇਹ ਤਾਂ ਹੁਣ ਪਲਾਈ ਸੀਗੀ ਜਿਹੜੀ ਇਹ 'ਤੇ ਪਹਿਲਾਂ ਲੱਗੀ ਹੋਈ ਸੀ, ਇਹ ਪਲਾਈ ਦੇ ਉੱਤੇ ਵੀਨੀਅਰ ਪੇਸਟ ਹੋਇਆ ਹੈ 1/4 ਇੰਚੀ ਦੀ, ਅਤੇ ਉਹ ਫਿਰ ਅਸੀਂ ਪੀਸ ਐਵੇਂ ਇਹਦੇ ਵਿੱਚੋਂ ਹੀ ਐਂ ਕੱਟ ਲਿਆ ਸੀਗਾ। ਪਰ ਹੁਣ ਇਹ ਪਤਲੀ ਪਲਾਈ ਹੈ ਸਨਮੈਕੇ ਵਾਂਗੂ, ਇਹਦੇ ਵਿੱਚ ਰੇਸ਼ੇ 1 ਪੀਸ ਚਾਹੀਦੇ ਨੇ। ਇਹਦੇ 'ਤੇ ਦਰਾਜ ਪੈਣੇ ਨੇ, ਦਰਾਜਾਂ ਦੇ ਨਾਲ ਐਂ ਸਿਮਿਲਰ ਐਂ ਰੇਸ਼ਾ ਜਾਣਾ ਚਾਹੀਦਾ, ਠੀਕ ਹੈ। ਹੁਣ ਇਹਦੇ ਵਿੱਚ ਕਲਾਕਾਰੀ ਵਾਲੀ ਥੋੜ੍ਹੀ ਜਿਹੀ ਗੱਲ ਇਹ ਹੈ ਵੀ ਬਹੁਤ ਐਕੂਰੇਸੀ ਨਾਲ ਕੰਮ ਕਰਨਾ ਪੈਣਾ, ਕਿਉਂਕਿ ਸਾਰੇ ਦਰਾਜਾਂ ਦੇ ਆਲੇ ਦੁਆਲੇ 1 ਸੂਤ ਜਗ੍ਹਾ ਸਿਰਫ ਗਰੂਵ ਹੈ, ਜਿਹੜਾ ਜਦੋਂ ਦਰਾਜ ਪੈਣਗੇ ਸਿਰਫ ਇੱਕ ਸੂਤ ਜਗ੍ਹਾ ਛੱਡੀ ਹੋਈ ਹੈ ਆਪਾਂ ਨੇ। ਅਤੇ ਇੱਥੇ ਇਹਦੇ 'ਚ 4 ਦਰਾਜ ਨੇ, 1, 2, 3, 4। ਇਹਦੇ ਸੈਂਟਰ 'ਚ ਵੀ 1 ਸੂਤ ਦਾ ਗਰੂਫ ਹੈ, ਅਤੇ ਇੱਥੇ ਜਿਹੜਾ ਇੱਥੇ ਵੀ ਇੱਕ ਸੂਤ ਦਾ ਗਰੂਫ ਹੈ। ਸੋ ਦਰਾਜਾਂ ਦਾ ਵੀ ਉਸ ਹਿਸਾਬ ਨਾਲ ਐਂ ਸਮਝ ਲਓ ਵੀ ਮਿਣ ਕੇ ਪੂਰਾ ਵੀਨੀਅਰ ਵੱਢਣਾ ਪੈਣਾ। ਅਤੇ ਆਹ ਸ਼ੀਟ ਵੀ ਜਿਹੜੀ ਆਪਾਂ ਨੂੰ ਇੱਥੋਂ ਆ ਜਿਹੜਾ ਖਾਨਾ ਕੱਢਣਾ ਪੈਣਾ, ਇਹੀ ਪੀਸ ਚੱਕ ਕੇ ਦਰਾਜਾਂ 'ਤੇ ਲੱਗਣਾ। ਸੋ ਬਹੁਤ ਕੇਅਰਫੁਲੀ ਕੰਮ ਕਰਨਾ ਪੈਣਾ ਆਪਾਂ ਨੂੰ। ਤਾਂ ਚਲੋ ਪਹਿਲਾਂ ਆਪਾਂ ਸਮਾਨ ਜਿਹੜੀਆਂ ਸ਼ੀਟਾਂ ਨੇ ਉਰੇ ਰੱਖੀਏ, ਇੱਥੇ ਫਿਰ ਆਪਣੇ ਕੋਲ ਜਗ੍ਹਾ ਹੋ ਜੂਗੀ। ਜਗ੍ਹਾ ਕਰਕੇ ਫਿਰ ਆਪਾਂ ਥੱਲੇ ਪਲਾਈਵੁੱਡ ਵਿਛਾ ਕੇ ਉਹਦੇ ਉੱਤੇ ਵੀਨੀਅਰ ਦੀ ਸ਼ੀਟ ਮੁੱਦੀ ਪਾ ਕੇ ਆਹ ਪੂਰੀ ਦੀ ਪੂਰੀ ਜਿਹੜੀ ਆਹ ਵੈਨਿਟੀ ਹੈ ਪੁੱਠੀ ਪਾ ਕੇ ਇਹਦੇ ਆਪਾਂ ਵਿੱਚੋਂ ਵਿੱਚੋਂ ਕੱਟਣਾ ਕੱਟਦੇ ਹਾਂ। ਆਪਾਂ ਨੇ ਧਰਤੀ 'ਤੇ ਵੀਨੀਅਰ ਵਿਛਾ ਲਿਆ, ਅਤੇ ਹੁਣ ਆਪਾਂ ਇਹਦੇ ਉੱਤੇ ਜਿਹੜੀ ਆਹ ਆਪਣੀ ਵੈਨਿਟੀ ਹੈ ਇਹਦੇ ਉੱਤੇ ਪੁੱਠੀ ਪਾ ਕੇ ਐਵੇਂ ਇਹਦੇ ਵਿੱਚੋਂ ਵਿੱਚੋਂ 9 ਪੀਸ ਕੱਢ ਲਾਂਗੇ। ਲਿਆ ਵੀ ਸ਼ੇਰਾ ਚੱਕ ਕੇ ਕੱਟਰ, ਨਾਈਫ ਲਿਆ, ਨਾਈਫ ਵੱਢ ਦਈਏ ਫਿਰ ਸਰਦੂਲ, ਤੂੰ ਵੀ ਕੀ ਯਾਦ ਰੱਖੇਗਾ, ਯਾਦ ਰੱਖੇਗਾ? ਨਹੀਂ ਰੱਖਦਾ, ਬੇਕਾਰ ਬੰਦਾ ਯਾਰ ਤੂੰ ਜੰਮੀ।
ਲਾਈਟ ਚਲੀ ਗਈ, ਕੈਨੇਡਾ 'ਚ ਪਹਿਲੀ ਵਾਰ ਲਾਈਟ ਜਾਂਦੀ ਦੇਖੀ ਆ, ਜਾਂ ਫਿਊਜ਼ ਉੜਿਆ ਹੋਊ ਕੋਈ, ਜਾਂ ਕੋਈ ਹਨੇਰੀ ਹਨੂਰੀ ਆ ਰਹੀ ਹੈ। ਦੇਖ ਸ਼ਰਦੂਲ ਕੀ ਹੋਇਆ, ਆਪਣੇ ਤਾਂ ਉੱਡਦੀ ਆ ਲੇਟ ਹਨੇਰੀ 'ਚ, ਆਪਣੇ ਉੱਥੇ ਇੰਡੀਆ ਕਰਤਾ ਜਾਂਦੇ ਨੇ ਬੰਦ। ਚਾਹ ਪੀਸ ਆਪਾਂ ਨੇ ਬਾਹਰਲੇ ਪਾਸੇ ਸਾਰੇ ਵੱਢ ਲਏ, ਆ ਵਿੱਚ ਵਾਲੇ 'ਚ ਵੀ ਆਪਾਂ ਨਾਈਫ ਫੇਰ ਹੀ ਦਿੱਤਾ ਸੀਗਾ, ਬਟ ਇਹ ਕੱਢਣ ਵਾਲਾ ਰਹਿੰਦਾ, ਹੁਣ ਲਾਈਟ ਚਲੀ ਗਈ। ਇਹ ਪੀਸ ਬਹੁਤ ਹੀ ਧਿਆਨ ਨਾਲ ਕੱਢਣਾ ਪੈਣਾਗਾ, ਇਸ ਕਰਕੇ ਆਪਾਂ ਹਜੇ ਪੰਗਾ ਨਹੀਂ ਲੈਂਦੇ। ਆਹ ਪੀਸ ਇਹਦੇ ਵਿੱਚੋਂ ਬਚਿਆ ਹੋਇਆ ਜਿਹੜਾ ਪੀਸ ਆ ਪਿਆ, ਉਵੇਂ ਆਪਾਂ ਨੇ ਗਲਾਈਆਂ ਕੱਢਤੀਆਂ ਉਹਦੀਆਂ ਥੱਲੋਂ ਪੈਰਾਂ ਦੀਆਂ। ਹੁਣ ਇਹਦੇ ਆਪਾਂ ਸਾਈਡਾਂ ਵਾਲੇ ਪੀਸ ਵੀ ਵੱਢਣੇ ਆ, ਅਤੇ ਹੁਣ ਆਪਾਂ ਨੇ ਟੇਪ ਲਾ ਲਈ ਇਹਦੇ ਉੱਤੇ, ਤਾਂ ਕਿ ਆਪਾਂ ਨੂੰ ਪਤਾ ਰਹੇ ਕਿਹੜਾ ਪੀਸ ਟੋਪ ਦਾ, ਕਿਉਂਕਿ ਤਾਂ ਹੀ ਰੇਸ਼ਾ ਮਿਲਣਗੇ ਇਹਦੇ। ਚੱਕ ਵੀ ਇਹਦਾ ਪਾਸਾ ਪਲਟਾ, ਦੇਖੀਏ ਕੀ ਸਵਾੜ ਆਈ ਆਪਾਂ ਨੇ, ਕੁਛ ਇਸ ਤਰ੍ਹਾਂ ਕਬੀਨੀਅਰ ਹੈ। ਅਤੇ ਹੁਣ ਆਪਣਾ ਇਹਨੂੰ ਚੱਕ ਕੇ ਸਰੂਲ ਪਾਸੇ ਰੱਖ ਦਿਓ ਉੱਤੇ ਅੱਡੇ 'ਤੇ, ਇਹਨੂੰ ਉੱਧਰ ਰੱਖ ਗਿਆ ਸਾਹਮਣੇ, ਉਹ ਦੂਜੀ ਸ਼ੀਟ 'ਚ ਸਾਈਡਾਂ ਵਾਲੇ ਪੀਸ ਵੱਢੀਏ। ਅਤੇ ਆਹ ਆਪਣਾ ਫਰੇਮ ਦਾ ਪੀਸ ਆ ਗਿਆ, ਹੁਣ ਇਹਨੂੰ ਫਰੇਮ ਨੂੰ ਆਪਾਂ ਟੇਢਾ ਪਾ ਕੇ ਇਹਦੇ ਉੱਤੇ ਦੇਖਦੇ ਹਾਂ ਰੱਖ ਕੇ ਵੀ ਓਕੇ ਹੈ। ਦੇਖੋ ਬਈ, ਵੱਢਣ ਤੋਂ ਬਾਅਦ ਕੁਛ ਇਸ ਤਰ੍ਹਾਂ ਕਾ ਲੱਗਦਾ ਹੈ ਜੇ। ਆਹ ਜਿਹੜਾ ਆਪਾਂ ਇੱਥੇ ਕੱਟ ਨਹੀਂ ਸੀ ਚੱਲਦਾ ਗਲਾਈ 'ਚ, ਆਪਾਂ ਬਾਅਦ 'ਚੋਂ ਛੋਟੇ ਰੂਟਰ ਨਾਲ ਟ੍ਰਿਮਰ ਨਾਲ ਸੈੱਟ ਕਰ ਦਿਆਂਗੇ ਗਲੂ ਲਾਉਣ ਤੋਂ ਬਾਅਦ 'ਚ। ਹੁਣ ਆਪਾਂ ਨੇ ਪੀਸ ਵੱਧ ਵੱਢਿਆ ਇੱਥੋਂ, ਇਹ ਵੱਧ ਤਾਂ ਵੱਢਿਆ ਕਿਉਂਕਿ ਆਪਾਂ ਸਾਈਡਾਂ ਵਾਲੇ ਪੀਸ ਪਹਿਲਾਂ ਲਾਵਾਂਗੇ, ਜੇ ਆਪਾਂ ਨੇ ਇਹ ਪਹਿਲਾਂ ਲਾਤਾ ਬਾਅਦ 'ਚੋਂ ਸਾਈਡ ਵਾਲੇ ਪੀਸ ਲੱਗੂ, ਫਿਰ ਉਹਦੀ ਟੱਕਰ ਦਿਖੂਗੀ ਫਰੰਟ 'ਤੇ। ਸੋ ਇਹ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਧਿਆਨ 'ਚ ਰੱਖਣ ਵਾਲੀਆਂ, ਜਿਵੇਂ ਹੁਣ ਆਪਾਂ ਨੇ ਉਹਦੇ ਪੀਸ 'ਤੇ ਟੇਪ ਲਾਈ ਹੈ, ਉਹਦੇ ਨਾਲ ਹੁਣ ਆਪਾਂ ਨੂੰ ਪਤਾ ਲੱਗ ਜੂ ਟੋਪ ਦਾ ਪੀਸ ਕਿਹੜਾ, ਉਵੇਂ ਦਰਾਜ਼ਾਂ ਦੇ ਉੱਤੇ ਲਾ ਕੇ ਰੇਸ਼ੇ ਨਾਲ ਰੇਸ਼ੇ ਮਿਲ ਜਾਣਗੇ। ਆਹੀ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ, ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਦਾ ਕੰਮ ਕਰਦੇ ਹੋ, ਤੁਹਾਡੇ ਕੰਮ 'ਚ ਐਕੋਰੇਸੀ ਆਉਂਦੀ ਹੈ, ਉਹ ਤੁਹਾਡੇ ਕੰਮ ਦੀ ਕਦਰ ਪੈਂਦੀ ਹੈ, ਸਮਝੇ। ਸੋ ਇਹ ਛੋਟੇ ਛੋਟੇ ਚੀਜ਼ਾਂ ਨੇ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ, ਧਿਆਨ 'ਚ ਰੱਖਿਆ ਕਰੋ ਇਹ ਛੋਟੀ ਛੋਟੀ ਚੀਜ਼ਾਂ ਕੰਮ ਕਰਨ ਲੱਗੇ। ਕਈਆਂ ਨੂੰ ਲੱਗਦਾ ਹੁੰਦਾ ਵੀ ਹਾਂ ਬੰਦਾ ਉਵੇਂ ਟੁੱਕ ਜਾਂਦਾ ਸਾਨੂੰ, ਪਰ ਇਹ ਚੀਜ਼ਾਂ ਕੰਮ ਆਉਂਦੀਆਂ ਨੇ ਗਾਹਾਂ ਜਾ ਕੇ। ਸਾਈਡਾਂ ਵਾਲੇ ਪੀਸ ਵੀ ਆਪਾਂ ਨੇ ਵੱਢ ਲਏ ਸੀਗੇ, ਹਾਂ ਦੇਖੋ ਇਹਦੇ ਮਾਰਕਿੰਗ ਕਰ ਲਈ ਆਪਾਂ ਨੇ ਪਿੱਛੇ ਉੱਥੇ ਲਾ ਕੇ, ਹੁਣ ਆਪਾਂ ਇਹਦੀ ਕੈਂਚੀ ਨਾਲ ਕਟਿੰਗ ਕਰ ਲੈਂਦੇ ਹਾਂ। ਚਲੋ ਵੀ ਪੀਸ ਆਪਾਂ ਨੇ ਵੱਢ ਲਿਆ, ਦੇਖੋ ਸੁੱਕੇ ਬਦਲ ਗਏ, ਹੁਣ ਬਸ ਇਹਦੇ ਆਪਾਂ ਸੁੱਕੇ ਬਦਲ ਜਾਂਦੇ ਹਿਲਦਨ। ਹਾਂ ਉਹ ਧੱਕੇ ਨਾਲ ਲਾਏਗਾ ਫਿਰ ਤਾਂ ਲੱਗੂਗਾ ਹੀ, ਊਂ ਥੋੜ੍ਹੀ ਲੈਣਾ, ਮਤਲਬ ਫਿਰ ਵੀ ਬਹੁਤ ਜਾਮ ਹੋ ਗਿਆ। ਅਤੇ ਚਲੋ ਜੀ ਹੁਣ ਆਪਾਂ ਇਹਨੂੰ ਪੇਸਟ ਕਰਦੇ ਹਾਂ, ਅਤੇ ਫੈਵੀਕੋਲ ਇਹਨਾਂ ਨੇ ਉੱਧਰ ਲਾਉਣੇ ਆ, ਸਰਦੂਲ ਨੂੰ ਚੱਕ ਉਹ ਪੀਸ ਨੂੰ, ਅਤੇ ਉਹਦੇ ਸਾਫ਼ ਸਫਾਈ ਕਰ ਫੈਵੀਕੋਲ। ਆਪਣੇ ਨਾਲ ਦਾ ਬਜ਼ੁਰਗ ਲੈ ਆਇਆ ਬਿੱਟ, ਆਹ ਦੇਖੋ 20 ਗਰੂ ਵਾਲੀ ਬਿੱਟ, ਫਿਰ ਤੁਹਾਨੂੰ ਮੈਂ ਦਿਖਾਉਣਾ ਆਪਾਂ ਨੇ ਕੀ ਤਿਆਰ ਕਰਨਾ। ਪਹਿਲਾਂ ਇਹਦਾ ਸਨਮੈਕਾ ਪੇਸਟ ਕਰਦੀ ਆ, ਹਾਂ ਵੀਨੀਅਰ ਪੇਸਟ ਕਰਦੀ, ਉਸ ਤੋਂ ਬਾਅਦ ਫਿਰ ਆਪਾਂ ਉਹ ਪਲਾਈ ਤਿਆਰ ਕਰਨ ਲੱਗਾਂਗੇ। ਕਰ ਕਰ ਮੇਰਾ ਕੀ, ਮੈਂ ਕੱਲ੍ਹ ਹਟ ਕੇ ਵੱਗ ਗਿਆ, ਫਿਰ ਤਾਂ ਅਸੀਂ ਕਰਨਾ। ਸਰਦੂਲ ਸਿੰਘ ਜੀ ਹੁਣ ਟ੍ਰਿਮਰ ਚਲਾ ਰਹੇ ਨੇ ਜੀ, ਟ੍ਰਿਮਰ ਨਾਲ ਪੱਧਰ ਕਰ ਰਹੇ ਨੇ। ਇਹ ਕੀ ਕਰਦਾ, ਗੱਲ ਸੁਣ ਗੱਲ ਸੁਣ, ਇਹਦੇ ਬੇਸ 'ਤੇ ਹੱਥ ਪਾ, ਬੇਸ ਬੇਸ ਇਹਦਾ ਨਾਲ ਲੱਗਿਆ ਹੋਣਾ ਚਾਹੀਦਾ, ਇੱਥੋਂ ਨਾ ਹੱਥ ਪਾ ਜਿੱਥੋਂ ਤੂੰ ਪਾਉਣਾ। ਹਾਂ ਇਹਨੂੰ ਦੱਬੇ ਕੇ ਰੱਖ ਬੇਸ ਨਾਲ,
ਸੋ ਬਈ ਟ੍ਰਿਮਰ ਨਾਲ ਪੱਧਰ ਕਰਕੇ ਕੁਛ ਐਵੇਂ ਦਾ ਲੱਗਦਾ ਇਹ। ਹੁਣ ਜਦੋਂ ਆਪਾਂ ਫਰੰਟ ਵਾਲਾ ਪੀਸ ਲਾਵਾਂਗੇ ਉਦੋਂ ਇਹਨੂੰ ਰੇਮ ਆਰ ਲਾ ਕੇ ਪੱਧਰ ਕਰ ਦਾਂਗੇ। ਫਿਲਹਾਲ ਆਪਾਂ ਇੱਧਰਲਾ ਪੀਸ ਲਾ ਰਹੇ ਹਾਂ, ਫੈਵੀਕੋਲ ਲੱਗਿਆ ਹੋਇਆ, ਸੁੱਕ ਰਿਹਾ ਹਜੇ, ਇਹ 'ਤੇ ਵੀ ਲਾ ਤਾ ਪੀਸ 'ਤੇ, ਇੱਧਰ ਵੀ ਲੱਗਿਆ ਹੋਇਆ। ਆਪਾਂ ਨੇ ਦੋਨੇ ਪਾਸੇ ਵਿਨੀਅਰ ਲਾ ਤਾ, ਉੱਧਰ ਵੀ ਲਾ ਤਾ, ਸਰਦੂਲ ਨੇ ਟ੍ਰਿਮ ਕਰਤਾ ਅਤੇ ਹੁਣ ਆਪਾਂ ਇਹਦੀ ਸੈਂਡਿੰਗ ਕਰਦੇ ਹਾਂ ਉੱਥੇ ਅੱਡੇ 'ਤੇ ਰੱਖ ਕੇ। ਬਈ ਹੁਣ ਆਪਾਂ ਸ਼ੀਟ ਵੱਢਣ ਲੱਗੇ ਹਾਂ, ਇਹਦੇ 'ਤੇ ਆਪਾਂ ਨੇ ਗਰੂਪ ਪਾਉਣੇ ਨੇ ਲੰਬੇ ਲੰਬੇ। ਪੀਸ ਆਪਾਂ ਨੇ ਵੱਢ ਲਿਆ ਐਮ ਡੀ ਐਫ ਦਾ ਅਤੇ ਹੁਣ ਆਪਾਂ ਇਹਦੀ ਬਿੱਟ ਲਿਆਂਦੀ ਆਪਾਂ ਨੇ ਨਵੀਂ ਵੀ ਗਰੂਪ ਵਾਲੀ। ਮੈਂ ਤੁਹਾਨੂੰ ਇਹ 'ਚ ਦਿਖਾਉਣਾ, ਮੈਂ ਉਹ ਕਰ ਲਾਂ ਅਨਬੋਕਸ ਕਰ ਲਾਂ ਫਿਰ ਤੁਹਾਨੂੰ ਦਿਖਾਉਣਾ ਬਿੱਟ। ਦੇਖੋ ਬਈ ਵੀ ਗਰੂਪ ਦੀ ਬਿੱਟ ਹੈ, ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਤੇ ਉਹ ਜਿਹੜੀ ਆਪਾਂ ਨੇ ਪਲਾਈ ਵੱਢੀ ਹੈ ਵੱਡੀ 10 ਫੁੱਟ ਬਾਏ 4 ਫੁੱਟ ਦੀ, ਉਹਦੇ 'ਤੇ ਆਪਾਂ ਗਰੂਪ ਪਾਉਣੇ ਨੇ ਸਾਰੀ 'ਤੇ 3-3 ਇੰਚ ਦੀ ਜਗ੍ਹਾ ਛੱਡ ਕੇ ਰੂਲ ਨੂੰ ਬੰਦ ਕਰਕੇ ਯਾਰ ਬੈਠੀ। ਟ੍ਰਿਮਰ ਆਪਾਂ ਨੇ ਸੈੱਟ ਕਰ ਲਿਆ, ਬਿੱਟੇ 'ਚ ਬੰਨ ਲਈ, ਆਪਾਂ ਨੇ ਗਰੂਪ ਵੀ ਪਾ ਕੇ ਦੇਖ ਲਿਆ, ਪੂਰਾ ਸਿਰਾ ਗੱਲ ਲਵਾ ਤਾ। ਇੱਕ ਸੂਤ ਡੂੰਘਾ ਕੱਢਣਾ ਸੀ ਇਹ, ਆਖੋ ਆਪਾਂ ਨੇ ਇੱਧਰ ਨਿਸ਼ਾਨ ਲਾ ਲਿਆ ਸੀ ਇੱਕ ਸੂਤ ਦਾ, ਉਦੋਂ ਬਾਅਦ ਫਿਰ ਰੱਤ ਕਰਾ ਤੀ ਸਿੱਧੂ ਮੂਸੇ ਵਾਲੇ ਵਾਂਗੂ। ਤਾਂ ਚਲੋ ਹੁਣ ਆਪਾਂ ਆਹ ਪਲਾਈ 'ਤੇ ਪਾਉਣੇ ਆ ਸਾਰੀ 'ਤੇ ਗਰੂਪ, 3-3 ਇੰਚ ਛੱਡ ਕੇ ਪਾਉਣੇ ਨੇ। ਸੀਟ 'ਤੇ ਗਰੂਪ ਪਾ ਤੇ ਆਪਾਂ ਨੇ ਅਤੇ ਹੁਣ ਆਪਾਂ ਇਹਨੂੰ ਖੜ੍ਹੀ ਕਰਕੇ ਸਾਫ਼ ਸਫਾਈ ਕਰਕੇ ਤੁਹਾਨੂੰ ਦਿਖਾਉਣਾ ਵੀ ਕਿਵੇਂ ਦੀ ਬਣੀ ਆ ਸ਼ੀਟ। ਵੈਸੇ ਇਹੋ ਜਿਹੇ ਕੰਮ ਅਸੀਂ CNC 'ਤੇ ਕਰਵਾਉਂਦੇ ਹੁੰਦੇ ਹਾਂ। ਗੋਰਾ ਸਾਡੇ ਵਾਲਾ ਬਾਹਰ ਫਲੋਰੀਡਾ ਗਿਆ ਹੋਇਆ, ਸ਼ਾਇਦ ਉਹਨੇ ਸੋਚਿਆ ਵੀ ਚਲੋ ਪਰਮਵੀਰ ਉਹਨਾਂ ਨੂੰ ਬਿਜ਼ੀ ਰੱਖੀਏ ਤਾਂ ਕਰਕੇ ਉਹਨੇ ਸਾਨੂੰ ਬਾਏ ਹੈਂਡ ਕਰੋ ਇਹ, ਨਹੀਂ ਅਸੀਂ ਇਹੋ ਜਿਹੇ ਗਰੂਪ ਵਗੈਰਾ ਜੋ ਵੀ ਹੁੰਦਾ ਅਸੀਂ ਉੱਥੋਂ CNC 'ਤੇ ਕਰਵਾਉਂਦੇ ਹੁੰਦੇ ਹਾਂ ਗਰੂਪਿੰਗ ਵਗੈਰਾ। ਸੋ ਦੇਖੋ ਮੂੰਹ ਮੱਥਾ ਇੱਕ ਹੋ ਗਿਆ ਪਰਮਵੀਰ ਦਾ, ਐਂ ਬਣਦੇ ਨੇ ਡਾਲਰ। ਅਤੇ ਪਰਨਾ ਵੀ ਮੇਰਾ ਨਾ ਅੱਜ ਹਿੱਲਿਆ ਹੋਇਆ, ਅਸਲ 'ਚ ਨਾ ਜਦੋਂ ਮੈਂ ਸਵੇਰੇ ਆਪਦੀ ਉਹ ਜਿਹੜੀ ਹੁੱਡੀ ਹੁੰਦੀ ਆ ਉਹ ਲਾਉਣਾ, ਉਹਦੇ ਗੋਲ ਗਲੇ ਵਾਲੀ ਆ, ਉਹਦੇ ਨਾ ਤਾਂ ਬਟਨ ਨੇ ਨਾ ਜਿੱਪ ਹੈਗੀ, ਉਹ ਲਾਉਣਾ ਜਦੋਂ ਉਦੋਂ ਅੱਧਾ ਪਰਨਾ ਤਾਂ ਮੇਰਾ ਉਦੋਂ ਹਿੱਲੇ ਜਾਂਦਾ। ਕੋਈ ਵੀ ਰਿਸ਼ਤੇਦਾਰ ਜਦੋਂ ਮੈਂ ਇੰਡੀਆ ਆਊਂਗਾ, ਮੇਰੀ ਵੀਡੀਓ ਦੇਖ ਰਿਹਾ, ਮੈਨੂੰ ਕੋਈ ਗਿਫਟ ਦੇਣੀ ਹੋਵੇ ਕੋਈ ਹੁੱਡੀ ਤਾਂ ਕਿਰਪਾ ਕਰਕੇ ਉਹ ਉਹਦੇ ਜ਼ਿਆਦਾ ਜਿੱਪਾਂ ਲੱਗੀਆਂ ਹੋਣ ਇੱਥੇ ਤੱਕ ਥੱਲੇ ਦਾ, ਚਾਹੇ ਪੂਰੀ ਜਿੱਪ ਵਾਲੀ ਹੋਵੇ ਚਾਹੇ ਅੱਧੀ ਕੁ ਜਿੱਪ ਲੱਗੀ ਹੋਵੇ, ਜਾਂ ਫਿਰ ਉਹਦੇ 4-5 ਬਟਨ ਲੱਗੇ ਹੋਣ ਤਾਂ ਕਿ ਬਟਨ ਖੋਲ੍ਹ ਕੇ ਮੈਂ ਉਹ ਪਾ ਸਕਾਂ, ਮੇਰੀ ਪੱਗ ਜਾਂ ਪਰਨ ਨੂੰ ਕੋਈ ਪ੍ਰੋਬਲਮ ਨਾ ਆਵੇ। ਤਾਂ ਚਲੋ ਤੁਹਾਨੂੰ ਸ਼ੀਟ ਦਿਖਾਉਣਾ ਹੁਣ, ਸਰਦੂਲ ਸਫਾਈ ਕਰ ਰਿਹਾ ਉਹਦੀ। ਵੈਰੀ ਗੁੱਡ, ਦੇਖੋ ਬਈ ਕੁਛ ਐਵੇਂ ਦੀ ਤਿਆਰ ਹੋਈ ਹੈ ਸ਼ੀਟ, ਇਹਦੇ ਉੱਤੇ ਹੁਣ ਆਪਾਂ ਪੇਂਟ ਕਰਾਵਾਂਗੇ। ਸੋ ਬਈ ਕੰਮ ਜੋ ਵੀ ਸੀਗਾ ਆਪਾਂ ਨੇ ਨਿਬੇੜਤਾ, ਜਿਹੜਾ ਆਹ ਟੇਬਲ ਸੀਗਾ
ਇਹਦੇ ਵੀਨੀਅਰ 'ਚ ਫਾਲਟ ਸੀਗਾ। ਸਾਈਡਾਂ ਵਾਲੇ ਪੀਸ ਵੱਡੇ ਤਾਂ ਸਹੀ ਲੱਗੇ ਪਰ ਛੋਟੇ ਪੀਸ ਸੀ, ਜਦੋਂ ਫੈਵੀਕੋਲ ਸੁੱਕਦਾ ਸੀ ਨਾ ਉਹ ਮੁੜ ਜਾਂਦੇ ਸੀਗੇ। ਹੁਣ ਦੇਖਦੇ ਹਾਂ ਤਾਂ ਕੋਈ ਹੋਰ ਹੱਲ ਕੱਢਦੇ ਹਾਂ। ਅਤੇ ਅੱਜ ਬਾਹਲਾ ਲਿਬੜਿਆ ਪਿਆ ਮੈਂ, ਅਤੇ ਹੁਣ ਮੈਂ ਕੱਪੜੇ ਚੇਂਜ ਕਰ ਲਾਂ, ਫਿਰ ਤੁਹਾਨੂੰ ਸਾਡੇ ਸ਼ਹਿਰ ਦੇ ਇੱਕ ਅੰਕਲ ਦੀ ਕਹਾਣੀ ਸੁਣਾਉਣਾ। ਇੰਡੀਆ ਜਦੋਂ ਕੰਮ ਕਰਦੇ ਸੀ ਨਾ, ਇੱਕ ਅੰਕਲ ਦੇ ਘਰ ਅਸੀਂ ਕੰਮ ਕਰਨ ਗਏ। ਜਾਣ ਪਛਾਣਦੇ ਸੀ, ਪਹਿਲਾਂ ਵੀ ਅਸੀਂ ਕੰਮ ਕਰਨ ਜਾਂਦੇ ਰਹਿੰਦੇ ਸੀ। ਉਹ ਬੰਦਾ ਬਹੁਤ ਹਸਮੁੱਖ ਸੁਭਾਅ ਦਾ। ਮੈਂ ਅਤੇ ਮੇਰਾ ਮਿਸਤਰੀ ਗਏ ਕੰਮ, ਝੋਲਾ ਚੱਕੀ ਖੜ੍ਹੇ ਅਸੀਂ, ਘਰ ਦੇ ਅੰਦਰ ਐਂਟਰ ਹੋ ਗਏ। ਉਹਨਾਂ ਕੋਈ ਆਪਦੇ ਕਮਰੇ 'ਚ ਬੈਠਾ ਟੀ ਵੀ ਦੇਖ ਰਿਹਾ ਸੀ। ਅਸੀਂ ਕਮਰੇ ਦੇ ਬਾਹਰ ਜਾ ਕੇ ਖੜ੍ਹ ਗਏ, ਪਈ ਉਹਨੇ ਦੇਖ ਲਿਆ ਸਾਨੂੰ। ਅਸੀਂ ਕਿਹਾ ਵੀ ਕੰਮ ਕਰਨ ਆਏ ਸੀ, ਦੱਸੋ ਜੀ ਕੀ ਕੰਮ ਕਰਨਾ। ਬਈ ਉਹ ਸਾਨੂੰ ਕਹਿੰਦਾ, ਕਹਿੰਦਾ ਖੜ੍ਹ ਜਾਓ, ਕਹਿੰਦਾ ਕਹਿੰਦਾ ਡਿਸਕਵਰੀ 'ਤੇ ਕਹਿੰਦਾ ਸ਼ੇਰ ਫੜ ਰਹੇ, ਕਹਿੰਦਾ ਸ਼ੇਰ ਫੜ ਲੈਣ ਦੋ, ਕਹਿੰਦਾ ਫੇਰ ਦੱਸਦਾ ਤੁਹਾਨੂੰ। ਮਤਲਬ ਇਹੋ ਜਿਹੀਆਂ ਹਾਸੀ ਮਖੌਲ ਵਾਲੀਆਂ ਗੱਲਾਂ ਬਹੁਤ ਕਰਦਾ ਹੁੰਦਾ ਸੀ ਉਹ, ਅਤੇ ਬਹੁਤ ਵਧੀਆ ਗੁੱਡ ਸੁਭਾਅ ਦਾ ਬੰਦਾ ਉਹ। ਫਿਰ ਬਈ 13 ਕੀ ਹੋਇਆ, 13 ਨਾ 61 ਜੀ ਬਣਾਉਣੀ ਸੀ, ਸਮੈਂਟਰ ਲਗਾ ਮਤਲਬ ਪਲਾਸਟਰ ਹੋਇਆ ਹੋਇਆ ਸੀ, ਆਲੇ ਦੁਆਲੇ ਚਿਕਾਗਲ ਸਮੈਂਟ ਕਰਨੀ ਸੀ, ਉੱਥੇ ਜਾ ਕੇ ਉਹਦੀ ਸਲਾਹ ਜੀ ਕਰ ਲਈ। ਸਲਾਹ ਜੀ ਕਰਨ ਗਏ ਬਈ, ਅਸੀਂ ਬਾਕੀ ਟੂਲ ਵਗੈਰਾ ਚੱਕ ਕੇ, ਕੁਛ ਹੋਰ ਵੀ ਨਾਲ ਕੰਮ ਕਰਨਾ ਸੀ, ਟੂਲ ਵਗੈਰਾ ਲੈ ਕੇ। ਬਈ ਮੇਰੇ ਮਿਸਤਰੀ ਨੂੰ ਕਹਿੰਦਾ ਵੀ ਐਂ ਕਰਕੇ ਕਿੰਨਾ ਕੁ ਟਾਈਮ ਲੱਗ ਜੂਗਾ, ਮੇਰੇ ਮਿਸਤਰੀ ਨੂੰ ਕਹਿੰਦਾ ਉਹ ਬਣਾਉਣ ਨੂੰ। ਅਤੇ ਮੇਰਾ ਮਿਸਤਰੀ ਕਹਿੰਦਾ ਵੀ ਲੱਗ ਜਾਣਗੇ 3-4 ਦਿਨ ਤਾਂ। ਮੈਂ ਟੂਰ ਕੱਢ ਰਿਹਾ ਸੀ ਉਹਦੇ ਵਿੱਚੋਂ, ਝੋਲੇ 'ਚੋਂ ਉਸ ਟਾਈਮ, ਉਹ ਬੰਦਾ ਪਤਾ ਕੀ ਬੋਲਦਾ, ਇਹ 'ਚ ਕਿਹੜਾ ਕਹਿੰਦਾ ਔਖਾ, ਇਹ ਤਾਂ ਕਹਿੰਦਾ ਉਹਨੇ ਐਕਸ਼ਨ ਕੀਤਾ ਸੀ ਫਿਰ ਅੱਜ ਵੀ ਜ਼ਿਆਦਾ, ਇਹ ਤਾਂ ਕਹਿੰਦਾ ਐਂ ਕਰਕੇ ਐਂ ਕਹਿੰਦਾ ਲਾ ਹੀ ਦੇਣੀ ਆ। ਸੋ ਕਈ ਬੰਦੇ ਇਹੋ ਜਿਹੇ ਹੁੰਦੇ ਨੇ, ਮੈਂ ਤਾਂ ਭਾਈ ਪਰਾਂ ਨੂੰ ਮੂੰਹ ਕਰਕੇ ਹੱਸਣ ਲੱਗ ਗਿਆ। ਕਈ ਬੰਦੇ ਮਤਲਬ ਜ਼ਿੰਦਗੀ 'ਚ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀਆਂ ਕਈ ਗੱਲਾਂ ਯਾਦ ਰਹਿ ਜਾਂਦੇ, ਬਹੁਤ ਹੱਸਦਾ ਹੁੰਦਾ ਮੈਂ ਕਈ ਵਾਰ ਉਹ ਗੱਲਾਂ ਯਾਦ ਕਰਕੇ। ਗੱਲਾਂ ਹੋਰ ਵੀ ਉਹਦੀਆਂ ਕਈ ਨੇ, ਉਹ ਆਪਾਂ ਤੁਹਾਡੇ ਨਾਲ ਕਦੇ ਫੇਰ ਸ਼ੇਅਰ ਕਰਾਂਗੇ। ਸੋ ਹੁਣ ਘਰ ਜਾਣ ਦਾ ਟਾਈਮ ਹੋਇਆ ਪਿਆ, ਬੱਸ ਵੀ ਆਪਣੀ ਆ ਗਈ। ਆਈ ਹੋਪ ਅੱਜ ਦਾ ਇਹ ਵਲੋਗ ਤੁਹਾਨੂੰ ਚੰਗਾ ਲੱਗਿਆ ਹੋਊਗਾ। ਸਾਰੇ ਸੋਸ਼ਲ ਮੀਡੀਆ 'ਤੇ ਆਪਣੇ ਫੋਲੋ ਕਰ ਲਿਓ। ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖਿਆਲਾਂ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।